बॉस टीवी देख रहे सारे दर्शकों का स्वागत है। एक झात पाते हैं अज दियां खास खबरां उत्ते। पंजाब सरकार दे वल्लों सूबे दे अंदर ESM एक्ट लागू कर दिता गया है। यह एक्ट 31 अक्तूबर तक सूबे दे अंदर लागू रहेगा। सरकार द्वारा जारी किए हुक्मां मुताबिक यह एक्ट तां करके लागू किया गया है क्योंकि हड़ां दी मार चल रहे पंजाब दे किसानां मजदूरां नूं एक पासे मुआवजा देण दी मुहिम बिढ़ी गई है अते दूजे पासे कुछ मुलाजम हड़ताल उत्ते जाण दी चेतावनी दे रहे हन। पंजाब के मुख्यमंत्री भगवंत मान ने पटवारी कानगो अते डीसी दफ्तर मुलाजमान नूं चेतावनी दिती है। मान ने चेतावनी दिंदिया ट्वीट किया, जानकारी मुताबक पटवारी कानगो किसी रिश्वत मामले विच फसे अपने साथी दे हक विच अते डीसी दफ्तर कर्मचारी अपनिया निजी मंगां लई आउंदे दिनां विच कलम छोड़ हड़ताल करनगे। मैं दस दवां कि कलम छोड़ हड़ताल करो, पर बाद विच इह कलम तुहाडे हत्थां विच देनी है जां नहीं इह फैसला सरकार करेगी। ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜਨ ਨੂੰ ਤਿਆਰ ਨੇ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਕਰੇਵਾਲ ਨੇ ਯਾਰੀਆਂ 2 ਫਿਲਮ ਦੇ ਜਾਰੀ ਹੋਏ ਇੱਕ ਗੀਤ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ਸਰਕਾਰਾਂ ਨੂੰ ਨਿਸ਼ਾਨੇ ਉੱਤੇ ਲਿਆ ਹੈ। ਭਾਈ ਗਰੇਵਾਲ ਨੇ ਆਖਿਆ ਹੈ ਕਿ ਅਕਸਰ ਫਿਲਮਾਂ ਅੰਦਰ ਸਿੱਖ ਮਰਿਆਦਾ ਸਿਧਾਂਤਾਂ ਅਤੇ ਰਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਹਨਾਂ ਆਖਿਆ ਕਿ ਫਿਲਮਾਂ ਦੇ ਸੈਂਸਰ ਬੋਰਡ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਖਿਆਲ ਵਿੱਚ ਰੱਖ ਕੇ ਕਦੇ ਵੀ ਨਿਰੀਖਣ ਨਹੀਂ ਕੀਤਾ ਜਾਂਦਾ। ਇਸੇ ਕਰਕੇ ਹੀ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਅਜਿਹੀਆਂ ਆਪਹੁਦਰੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਹੈ ਕਿ ਭਵਿੱਖ ਅੰਦਰ ਅਜਿਹੀਆਂ ਹਰਕਤਾਂ ਰੋਕਣ ਲਈ ਭਾਰਤ ਸਰਕਾਰ ਦੇ ਸੰਬੰਧਿਤ ਮੰਤਰਾਲਿਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਚੀਨ ਦੇ ਭਾਰਤੀ ਖੇਤਰ ਉੱਤੇ ਹਮਲਾ ਕਰਨ ਬਾਰੇ ਆਪਣੇ ਦਾਅਵਿਆਂ ਨੂੰ ਦੁਹਰਾਇਆ ਹੈ। ਕਾਂਗਰਸ ਨੇਤਾ ਨੇ ਸਟੈਂਡਰਡ ਮੈਪ ਦੇ ਆਪਣੇ ਤਾਜ਼ਾ ਐਡੀਸ਼ਨ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਸਮੇਤ ਚੀਨ ਦੇ ਖੇਤਰ ਨੂੰ ਆਪਣੇ ਖੇਤਰ ਦਾ ਹਿੱਸਾ ਹੋਣ ਦੇ ਮਾਮਲੇ ਨੂੰ ਗੰਭੀਰ ਮੁੱਦਾ ਕਰਾਰ ਦਿੱਤਾ ਹੈ। ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕਰ ਕਿਹਾ ਹੈ ਕਿ NDA ਅਤੇ ਇੰਡੀਆ ਗੱਠਜੋੜ ਵਿੱਚ ਜ਼ਿਆਦਾਤਰ ਉਹ ਪਾਰਟੀਆਂ ਸ਼ਾਮਲ ਹਨ ਜੋ ਗਰੀਬ ਵਿਰੋਧੀ, ਜਾਤੀਵਾਦੀ, ਫਿਰਕੂ ਅਤੇ ਅਮੀਰ ਪੱਖੀ ਹਨ, ਜਿਨ੍ਹਾਂ ਦੀਆਂ ਨੀਤੀਆਂ ਵਿਰੁੱਧ ਬਸਪਾ ਹਮੇਸ਼ਾ ਲੜਦੀ ਰਹੀ ਹੈ। ਇਸ ਲਈ ਗੱਠਜੋੜ ਕਰਕੇ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਹੈ ਕਿ ਬਸਪਾ ਇਕੱਲੇ ਦਮ ਉੱਤੇ ਲੋਕ ਸਭਾ ਦੀਆਂ ਚੋਣਾਂ ਲੜੇਗੀ। ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕਿਹਾ ਹੈ ਕਿ ਅਸੀਂ ਕਦੇ ਵੀ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰ ਸਕਦੇ। ਉਹਨਾਂ ਅੱਗੇ ਕਿਹਾ ਹੈ ਕਿ ਅਕਾਲੀ ਦਲ ਹੁਣ ਇੰਡੀਆ ਗੱਠਜੋੜ ਦਾ ਨਾਮ ਵਰਤ ਕੇ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਕੱਲ੍ਹ ਫਿਰ ਮਿਲਾਂਗੇ ਕੁਝ ਹੋਰ ਖਬਰਾਂ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।